ਓਏ ਇਹਨੂੰ ਕੀ ਖਵਾਉਂਦੇ ਆ ਪਤੰਦਰਾ? ਅੱਛਾ ਛੋਟੀ ਜੀ ਬਦਾਮ ਖਾ ਕੇ ਹੱਥ ਤੱਕ ਜਾਣਾ ਹੈ। ਅੱਛਾ ਕਬੂਤਰ ਕਬੂਤਰੀ ਹੈ ਕਬੂਤਰ ਕੀ ਕਰਨ ਦੇ ਹਣ ਜਾ ਲੈ ਆਉਰ ਉੱਥੇ ਕਾ ਬਣਾਉਣਾ ਕਿੱਧਰ ਬੈਠੇ ਤੁਸੀਂ ਕਿੰਨੇ ਕਬੂਤਰ ਰੱਖੇ ਹਣ ਹੈ ਸੱਤ ਇੱਕ ਆਪਣਾ ਉੱਜ ਜਾਂਦੇ ਆ ਜੀ। ਅੱਛਾ ਪੰਜ ਤੇ ਆ ਨੇ ਕਿੰਨੇ ਰੁਪਏ ਬਚ ਜਾਂਦੇ ਕਬੂਤਰ ਵਿੱਚ? ਪੰਜਾਹ ਹਜ਼ਾਰ ਰੁਪਏ ਹੈ ਤੇ ਕਿੰਨੇ ਕਬੂਤਰ ਰੱਖੇ ਸਾਰੇ? ਸੱਤ ਅੱਠ ਕਬੂਤਰ ਬਾਕੀ ਵੇਚਤੇ ਜੀ। ਕਿੱਥੇ ਵੇਚਤੇ? ਕਿਵੇਂ ਕਿਵੇਂ? ਕਿੰਨੇ ਕਿੰਨੇ ਦੀ ਇੱਕ ਬਾਜੀ ਲੱਗਦੀ ਇਹਨਾਂ ਦੀ? 75 ਯਾਰ ਦੇ ਲੱਖ ਲੱਖ ਦੀ ਲੱਗ ਜਾਂਦੀ ਹੈ। ਯਾਰ ਲੱਖ ਦੇ ਚਾਰ ਚਾਰ ਲੱਖ ਤੇ ਆਪਣੇ ਇੱਕ ਕਬੂਤਰੀ। ਯਾਰ ਮੈਨੂੰ ਦਵਾਓ ਕਬੂਤਰ। ਆਪਣੀ ਇੱਕ ਕਬੂਤਰੀ ਉੱਡਣਦੀ ਆ। ਕਿਹੜੀ ਕਬੂਤਰੀ ਉੱਡਣਦੀ ਆ? ਹਾਂਜੀ ਠੀਕ। ਤੈਨੂੰ ਉੱਡਣਦੀ ਕਾ ਤੋਂ ਥੱਲੇ ਲਾਓ ਤੇ ਮੀਂਹ ਨਾ ਆ ਜੇ। ਕੋਈ ਨਹੀਂ ਬੱਦਲ ਬਣ। ਠੰਡਾ ਮੌਸਮ ਸੀ, ਮੌਸਮ ਠੰਡਾ ਚੱਲ ਨਹੀਂ ਆਣੀ ਸੀ ਕਬੂਤਰੀ ਤੇ ਗਰਮ ਚੜਾਣੀ ਸੀ। ਮਤਲਬ ਆਪਾਂ ਕਿੰਨੇ ਕੁ ਕਬੂਤਰ ਰੱਖੀਏ ਮਤਲਬ ਫਾਇਦਾ ਆਪਾਂ ਨੂੰ? ਘੱਟ ਤੋਂ ਅਸੀਂ ਤੇ ਰੱਖੇ 100 ਕਬੂਤਰ ਸੀਗਾ। ਅੱਛਾ 10 ਕਰ ਗਏ ਸੀ ਉਹ 2-3 ਖੁੱਡਾ ਨਿੱਕਾ ਪਾ ਲਿਆ। ਅੱਛਾ ਆਹ ਖੁੱਡਾ ਤੁਹਾਡਾ ਹੈ? ਹੁਣ ਨੀ ਕੋਈ ਬਾਜੀ ਬੂਜੀ ਵਾਲਾ ਪ੍ਰੋਗਰਾਮ ਆਇਆ? ਆ ਕਬੂਤਰ ਨੇ ਕਬੂਤਰੀਆਂ ਜੋੜੇ ਕਬੂਤਰ ਅੱਛਾ ਆ ਕੱਚ ਕੱਤ ਲਾਇਆ ਉੱਤੇ ਬਿੱਲੀ। ਅੱਛਾ ਇੱਥੋਂ ਆਏ ਬਿੱਲੀ ਦੇ ਕੱਚ ਖੁੱਬ ਜੇ ਹੈ। ਅੱਛਾ 10 ਚੋ 3 ਬਿੱਲੀ ਮਾਰ ਗਈ, 7 ਕੁ ਉੱਪਰ ਅਭੀ ਬਾਕੀ ਹੈ। ਠੀਕ ਹੈ ਠੀਕ। ਇੱਕ ਮੁੰਡੇ ਨੇ ਲਾ ਲਿਆ ਸਾਡਾ। ਠੀਕ ਹੈ ਜਾਂ ਕਬੂਤਰ ਕਿਸ ਨੇ ਲੈਣਾ ਹੈ? ਵੇਚ ਦੇ ਵੀ ਕਿ ਨਹੀਂ? ਵੇਚ ਦਿੰਦੇ ਆ। ਠੀਕ ਹੈ ਨੰਬਰ ਤੁਹਾਡਾ ਸੰਪਰਕ ਸੂਤਰ 9184964। ਉਹ ਇੱਕ ਜਣ ਬੋਲ। ਹਾਂ ਬੋਲ 8577874964। ਅੱਛਾ ਚੱਲ ਖੁੱਡਾ ਵਿਖਾਓ ਤਾਂ। ਖੁੱਡਾ ਤਾਂ ਕੁਛ ਨਹੀਂ, ਖੁੱਡਾ ਸਾਫ ਕਰਨ ਵਾਲਾ ਹੈ ਜੀ। ਲੋ ਖੁੱਡਾ ਜੀ ਪੂਰਾ ਗੰਦ ਪਾਇਆ ਹੋਇਆ ਹੈ। ਕਬੂਤਰ ਫਿਰ ਪਾ ਦਿੰਦੇ ਆ। ਅੱਛਾ ਠੀਕ ਇਹਨਾਂ ਦੇ ਡਾਈਪਰ ਨਹੀਂ ਮਿਲਦੇ ਬਜ਼ਾਰੋਂ? ਡਾਈਪਰ ਦੇ ਉੱਪਰ ਤੇ ਆ ਰਹੀ ਆਪਣੇ ਇੱਕ ਕਬੂਤਰੀ। ਠੀਕ ਜੋ ਉੱਡਣ ਦੇ ਦੋ ਬਿੱਲੀ ਇੱਕ ਲੱਤ ਹੈ ਨਹੀਂ ਗੀ ਦੋ ਉੱਡਣ ਦੇ ਆਪਣੇ। ਅੱਛਾ ਤੇ ਇੱਕ ਲੱਤ ਕਿੱਥੇ ਗਈ? ਬਿੱਲੀ ਖਾ ਗਈ ਤੇ ਬਿੱਲੀ ਦੀਆਂ ਲੱਤਾਂ ਪਾੜ ਦੇਣਗੀਆਂ ਹੁਣ ਖਾ ਖਾ ਕੇ। ਉਹ ਬਿੱਲੀ ਹੁਣੇ ਆਏਗੀ ਕਿ ਵਾਪਸ? ਬਿੱਲੀ ਜਦੋਂ ਆ ਕੋਈ ਫੋੜ ਕੇ ਖੜ ਜੋ ਲੱਤਾਂ ਹੀ ਲੱਤਾਂ ਤੋੜਨਗੀ। ਦੋ ਆਪਣੇ ਉਹ ਉੱਡਣ ਦੇ ਕੋਟ ਦਾ ਕੋਟ। ਅੱਛਾ ਕੋਟ ਦਾ ਕੋਟ ਠੀਕ ਹੈ ਠੀਕ। ਇਹਨਾਂ ਨੇ ਬਾਜ